ਗੁਰਮੁਖ ਪਿਆਰਿਓ ਅੰਮ੍ਰਿਤਪਾਲ ਫਰਾਰ ਹੋਏ ਕਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਪਹਿਰਾਵਾ ਬਦਲਿਆ ਭੇਸ ਬਦਲਿਆ ਉਹ ਬੇਨਤੀਆਂ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਨੇ ਉਸ ਵਿਸ਼ੇ ਤੇ ਬਹੁਤ ਸਾਰਾ ਲੋਕਾਂ ਦੇ ਵਿੱਚ ਭਰਮ ਭੁਲੇਖਾ ਇਸ ਗੱਲ ਨੂੰ ਲੈ ਕੇ ਫਲਾਇਆ ਜਾ ਰਿਹਾ ਹੈ ਅੰਮ੍ਰਿਤਪਾਲ ਨੂੰ ਸੰਗਤ ਦੀ ਨਿਗਾਹ ਚ ਲੋਕਾਂ ਦੀ ਨਿਗਾਹ ਦੇ ਵਿੱਚ ਮਾੜਾ ਦੇਸ਼ ਵਿਰੋਧੀ ਦੇਸ਼ ਨੂੰ ਅਗ ਲਾਉਣ ਵਾਲਾ ਬਣਾਇਆ ਜਾ ਰਿਹਾ ਸੋ ਇੱਕ ਪੱਖ ਨਾ ਸੁਣਿਆ ਕਰੋ ਮੈਂ ਕੁਝ ਬੇਨਤੀਆਂ ਫਿਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਪਹਿਲਾਂ ਤਾਂ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਵੇਖ ਹੀ ਲਈਆਂ ਹੋਣੀਆਂ ਕੁਝ ਕਿਉਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਕੱਲ ਨੈਟ ਜਿਹੜਾ ਬਹਾਲ ਕਰ ਦਿੱਤਾ ਗਿਆ ਪਰ ਚਾਰ ਪੰਜ ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਦੇ ਵਿੱਚ ਨੈਟ ਅਜੇ ਨਹੀਂ ਚੱਲਿਆ ਜਿਵੇਂ ਕਿ ਤਾਰਨ ਤਾਰਨ ਫਿਰੋਜ਼ਪੁਰ ਮੋਗਾ ਮੋਹਾਲੀ ਦੇ ਕੁਝ ਹਿੱਸੇ ਤੇ ਸੰਗਰੂਰ ਇਹਨਾਂ ਦੇ ਵਿੱਚ ਨੈਟ ਹਜੇ ਨਹੀਂ ਚੱਲਿਆ ਤੁਸੀਂ ਸੋਸ਼ਲ ਮੀਡੀਆ ਜਿਨ੍ਹਾਂ ਨੇ ਵੇਖਿਆ ਹੁਣ ਤੱਕ ਵੇਖ ਹੀ ਲਿਆ ਉਹ ਕੱਲ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਪੈਂਟ ਸ਼ਰਟ ਪਾ ਕੇ ਨਾਭੀ ਪਗਵਨ ਕੇ ਫਰਾਰ ਹੋਏ ਨੇ ਸੋ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਨੌਜਵਾਨ ਅਮਰਿਤਪਾਲ ਸਿੰਘ ਜਿਹਦੀ ਉਮਰ ਹੁਣ 29 ਸਾਲ ਦੀ ਹੈ ਉਹ 29 ਸਾਲ ਦਾ ਨੌਜਵਾਨ ਜਿਹੜਾ ਅੱਜ ਨੌਜਵਾਨੀ ਨੂੰ ਨਸ਼ੇ ਚੋਂ ਕੱਢ ਕੇ ਗੁਰੂਵਾਲਾ ਤੋਰ ਰਿਹਾ ਸੀ ਗੁਰੂਵਾਲਾ ਤੁਰਨ ਦੀ ਪ੍ਰੇਰਣਾ ਦੇ ਰਿਹਾ ਸੀ ਗੁਰੂ ਦਾ ਸੇਵਕ ਬਣ ਕੇ ਕਾਰਜ ਕਰ ਰਿਹਾ ਸੀ ਅੱਜ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਉਹ ਬਹੁਤ ਵੱਡਾ ਟੈਰਰਿਸਟ ਹੋਵੇ ਜਾਂ ਉਹਨੇ ਬਹੁਤ ਵੱਡੇ ਕੋਈ ਗੁਨਾਹ ਕੀਤੇ ਹੋਣ ਤੇ ਹਜੇ ਤੱਕ ਕੁਝ ਸਾਬਤ ਨਹੀਂ ਹੋਇਆ ਪਰ ਉਹਨੂੰ ਪਹਿਲਾਂ ਹੀ ਇਹਨਾਂ ਨੇ ਅਪਰਾਧੀ ਪੇਸ਼ ਕਰਤਾ ਅਮਰਿਤਪਾਲ ਕਿੱਥੋਂ ਭੱਜਿਆ ਜੀ ਉਹ ਕਹਿੰਦੇ ਨੰਗਲੰਬੀਆਂ ਪਿੰਡ ਦੇ ਵਿੱਚ ਗਿਆ ਗੁਰੂ ਘਰ ਦੇ ਵਿੱਚ ਉੱਥੇ ਜਾ ਕੇ ਜੀ ਗੁਰੂ ਘਰ ਦੇ ਵਿੱਚ ਜਾਂਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸੰਦੀਪ ਨੰਗਲੰਬੀਆਂ ਦੇ ਘਰ ਜਾਣਾ ਸੀ ਜੋ ਮੁੰਡਾ ਕਬੱਡੀ ਖਿਡਾਰੀ ਹੈ ਫਿਰ ਉਹ ਗੁਰੂ ਘਰ ਦੇ ਵਿੱਚ ਹੀ ਚਲੇ ਗਏ ਦੇਖੋ ਉਥੋਂ ਕਹਾਣੀ ਨੂੰ ਕਿਸ ਤਰ੍ਹਾਂ ਤੋੜਿਆ ਗਿਆ ਕਹਿੰਦੇ ਜੀ ਘਰ ਦੇ ਵਿੱਚ ਬੜ ਕੇ ਉਹਨਾਂ ਨੇ ਪਹਿਲਾਂ ਇਸ਼ਨਾਨ ਕੀਤਾ ਫਿਰ ਉਹਨਾਂ ਨੇ ਗਰੰਥੀ ਦੇ ਮੁੰਡੇ ਦੇ ਕੱਪੜੇ ਮੰਗੇ ਕੱਪੜੇ ਪਾਏ ਚਸ਼ਮਾ ਲਾਇਆ ਨਾ ਵੀ ਪੱਗ ਬੰਨੀ ਤੇ ਉੱਥੇ ਘਰ ਦੇ ਵਿੱਚ ਜੋ ਰੋਟੀ ਪਾਣੀ ਜਿਹੋ ਜਿਹਾ ਤਿਆਰ ਸੀ ਉਹਨਾਂ ਨੇ ਛਕਿਆ ਤੇ ਉੱਥੋਂ ਫਿਰ ਉਹ ਮੋਟਰਸਾਈਕਲਾਂ ਤੇ ਫਰਾਰ ਹੋਇਆ 40 45 ਮਿੰਟ ਦੇਖੋ ਅੱਧਾ ਪੌਣਾ ਘੰਟਾ ਅਮਰਿਤਪਾਲ ਉੱਥੇ ਰਿਹਾ ਤੇ ਮੈਂ ਬੇਨਤੀ ਕਰਾਂ ਕਿ ਗੁਰਮੁਖ ਪਿਆਰਿਓ ਘਰ ਵਾਲੇ ਕਹਿੰਦੇ ਜੀ ਉਹਨਾਂ ਨੂੰ ਡਰਾਤਾ ਉਹ ਕੈਮਰੇ ਸਾਹਮਣੇ ਨਹੀਂ ਆਏ ਹੋ ਸਕਦਾ ਉਹਨਾਂ ਨੇ ਕੁਝ ਹੋਰ ਕਹਿਣਾ ਸੀ ਚਲੋ ਗਰੀਬ ਬੰਦੇ ਨੇ ਉਹ ਤਾਂ ਉਹਨਾਂ ਦੀ ਗੱਲ ਛੱਡੋ ਤੇ ਟੀਵੀ ਚੈਨਲ ਮੀਡੀਆ ਵਾਲੇ ਕਹਿੰਦੇ ਜੀ ਉਹ ਉਹ ਕਹਿੰਦੇ ਨੇ ਵੀ ਸਾਨੂੰ ਬੰਦੂਕਾਂ ਧਕਾ ਕੇ ਬੰਦੂਕ ਦੀ ਨੋਕ ਤੇ ਜਿਉਂ ਨੇ ਅਗਵਾ ਕਰਕੇ ਰੱਖਿਆ 40-45 ਮਿੰਟ ਮੈਂ ਬੇਨਤੀ ਕਰਾਂ ਕਿ ਇਹ ਜੇ ਉਹ ਆਪਣੀ ਜ਼ੁਬਾਨ ਤੋਂ ਗੱਲ ਕਹਿਣ ਤਾਂ ਮੰਨिए ਤੇ ਇਹ ਕਿਦਾਂ ਹੋ ਸਕਦਾ ਵੀ ਉਹਨਾਂ ਨੇ ਜੀ ਐਂ ਕਰਿਆ ਚਲੋ ਠੀਕ ਹੈ ਉਹਨਾਂ ਨੂੰ ਜ ਡਰਾਇਆ ਧਮਕਾਇਆ ਵੀ ਉਹ ਗੱਲ ਵੱਖਰੀ ਹੈ ਪਰ ਮੈਂ ਇਥੇ ਬੇਨਤੀ ਤਾਂ ਕਰਨੀ ਚਾਹੁੰਦਾ ਵੀ ਅਮਰਿਤਪਾਲ ਨੂੰ ਭਗੌੜਾ ਕਰਾਰ ਦੇ ਕੇ ਉਹਦੇ ਉੱਪਰ ਐਨਐਸਏ ਲਾ ਕੇ ਇਹ ਸਾਬਤ ਕਰਤਾ ਕਿ ਪੰਜਾਬ ਦੀ ਨੌਜਵਾਨੀ ਹਲੇ ਵੀ ਸੇਫ ਨਹੀਂ ਹੈਗੀ ਚਲੋ ਅਮਰਿਤਪਾਲ ਨੇ ਗਲਤੀ ਕੀਤੀ ਉਹਦੇ ਤੇ ਲਾਤਾ ਕੋਈ ਗੱਲ ਨਹੀਂ ਪਹਿਲਾਂ ਦੋਸ਼ ਸਾਬਤ ਤੇ ਕਰ ਲੋ ਫੇਰ ਲਾਓ ਇੱਕ ਐਨਐਸਏ ਅਜਿਹਾ ਕਾਨੂੰਨ ਹੈ ਜਿਦੇ ਵਿੱਚ ਨਾ ਦਲੀਲ ਹੈ ਨਾ ਅਪੀਲ ਹੈ 12 ਮਹੀਨੇ ਕੋਈ ਸੁਣਵਾਈ ਨਹੀਂ ਨਾ ਕੋਈ ਮੁਲਾਕਾਤ ਜਿੱਥੇ ਮਰਜ਼ੀ ਰੱਖ ਸਕਦੇ ਨੇ ਸਭ ਤੋਂ ਸਖਤ ਕਾਨੂੰਨ ਮੰਨਿਆ ਜਾਂਦਾ ਐਨਐਸਏਓ ਲਾਤਾ ਅਮਰਿਤਪਾਲ ਤੇ ਗੁਰਮੁਖ ਪਿਆਰਿਓ ਉਹਦੇ ਵਕੀਲ ਨੇ ਵੀ ਵੱਡੇ ਪੱਖ ਰੱਖੇ ਨੇ ਉਹ ਕਹਿੰਦਾ ਜੋ ਕੁਝ ਇਹ ਕਹਿ ਰਹੇ ਨੇ ਨਾ ਵੀ ਇਹ ਬਰਾਮਦ ਹੋਇਆ ਕਹਿੰਦਾ ਉਹ ਕੁਝ ਤੇ ਮੈਨੂੰ ਵੀ ਨਹੀਂ ਪਤਾ ਵੀ ਬਰਾਮਦ ਹੋਇਆ ਕਿ ਨਹੀਂ ਹੋਇਆ ਹਾਂ ਜੋ ਕੁਝ ਮਿਲਿਆ ਉਹ ਕੁਝ ਸਾਹਮਣੇ ਹੈ ਉਹਦੇ ਨਾਲ ਕੁਝ ਹੋਰ ਐਡ ਕਰਕੇ ਪੇਸ਼ ਕਰ ਰਹੇ ਨੇ ਪਰ ਅਮਰਿਤਪਾਲ ਦੇਸ਼ ਵਿਰੋਧੀ ਨਹੀਂ ਉਹਦੇ ਆ ਕੋਈ ਗਤੀਵਿਧੀਆਂ ਦੇਸ਼ ਨੂੰ ਤੋੜਨ ਵਾਲੀਆਂ ਨਹੀਂ ਹੈਗੀਆਂ ਉਹਨੂੰ ਕਿਉਂ ਇਦਾਂ ਬਣਾਇਆ ਜਾ ਰਿਹਾ ਕਿਉਂ ਪੇਸ਼ ਕੀਤਾ ਜਾ ਰਿਹਾ ਸੋਚ ਕੇ ਵੇਖੋ ਇਹ ਤੱਕਾਏ ਬਹੁਤ ਵੱਡਾ ਤੱਕਾ ਇਹ ਨੌਜਵਾਨੀ ਦੇ ਨਾਲ ਤੱਕਾ ਇਹ ਗੁਰਮਖ ਪਿਆਰਿਓ ਅੱਜ ਅਮਰਿਤਪਾਲ ਜਿਹੜਾ ਅੱਜ ਤੱਕ ਮਾਡਲ ਬਣਿਆ ਹੋਇਆ ਸੀ ਪੰਜਾਬ ਦੀ ਨੌਜਵਾਨੀ ਦੇ ਲਈ ਇੱਕ ਮੋਹਰਾ ਸੀ ਉਹਨਾਂ ਨੂੰ ਸਹੀ ਮਾਰਗ ਤੇ ਤੋਰਨ ਵਾਲਾ ਅੱਜ ਉਸ ਬੰਦੇ ਨੂੰ ਇਹਨਾਂ ਨੇ ਅੱਤਵਾਦੀ ਘਰਾਰਤਾ ਉਸ ਬੰਦੇ ਨੂੰ ਅੱਜ ਇਹਨਾਂ ਨੇ ਇਸ ਤਰ੍ਹਾਂ ਪੇਸ਼ ਕਰਤਾ ਗੁਰਮੁਖ ਪਿਆਰਿਓ ਸਾਡੇ ਦਿਲਾਂ ਦੇ ਵਿੱਚ ਉਸ ਬੰਦੇ ਦੀ ਛਾਪ ਖਤਮ ਕਰਨ ਦੇ ਲਈ ਸੰਗਤ ਨੂੰ ਇਹ ਜਨਾਉਣ ਦੇ ਲਈ ਕਿ ਉਹ ਬੰਦਾ ਬਹੁਤ ਵੱਡਾ ਖਤਰਨਾਕ ਅੱਤਵਾਦੀ ਹੈ ਟੈਰਰਿਸਟ ਹੈ ਤੁਹਾਡੇ ਨਾਲ ਪਤਾ ਨਹੀਂ ਕੀ ਕਰ ਦੂ ਕੀ ਨਾ ਕਰ ਦੂ ਅਜਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਉਸਨੇ ਗਲਤੀ ਕੀਤੀ ਹੈ ਉਸ ਬੰਦੇ ਨੂੰ ਸਜ਼ਾ ਦਿਓ ਪਰ ਇਹਦਾ ਮਤਲਬ ਇਹ ਨਹੀਂ ਵੀ ਉਸਤੇ ਐਡਾ ਵੱਡਾ ਸਖਤ ਕਾਨੂੰਨ ਲਾ ਕੇ ਤੁਸੀਂ ਉਸ ਨੂੰ ਦੇਸ਼ ਵਿਰੋਧੀ ਸਾਬਤ ਕਰ ਦੋ ਤੇ ਯਾਦ ਰੱਖਿਓ ਜੇ ਇਹ ਧੱਕੇਸ਼ਾਈ ਹੈ ਨਾ ਇਹ ਸਭ ਤੋਂ ਵੱਡੀ ਧੱਕੇਸ਼ਾਈ ਹੈ ਜੇ ਇਦਾਂ ਹੀ ਹੁੰਦਾ ਰਿਹਾ ਨੌਜਵਾਨੀ ਨਾਲ ਤੇ ਇੱਕ ਅਮਰਤਪਾਲ ਨਾਲ ਜੇ ਇਦਾਂ ਹੋਇਆ ਉਹਦਾ ਪਰਿਵਾਰ ساری ਉਮਰ ਤੁਹਾਨੂੰ ਮਾਫ਼ ਨਹੀਂ ਕਰੂਗਾ ਤੇ ਦੂਜੀ ਗੱਲ ਅਮਰਿਤਪਾਲ ਜੱਜ ਤੁਹਾਡੇ ਹੱਥ ਨਹੀਂ ਵੀ ਆਇਆ ਤੁਸੀਂ ਐਡੇ ਐਡੇ ਕਾਨੂੰਨ ਬਣਾ ਕੇ ਉਸ ਬੰਦੇ ਤੇ ਥੋਪਤੇ ਤੇ ਉਹ ਬੰਦਾ ਕਦੇ ਵੀ ਤੁਹਾਡੇ ਨਾਲ ਇਹ ਨਹੀਂ ਕਰੂਗਾ ਉਹ ਬੰਦਾ ਕਦੇ ਵੀ ਕਾਨੂੰਨ ਤੇ ਭਰੋਸਾ ਕਰ ਸਕਦਾ ਹੈ ਕਦੇ ਵੀ ਉਹ ਬੰਦਾ ਸਰਕਾਰਾਂ ਦੇ ਨਾਲ ਭਰੋਸਾ ਕਰ ਸਕਦਾ ਹੈ ਕਦੇ ਵੀ ਨਹੀਂ ਨਾ ਜੇ ਉਸ ਬੰਦੇ ਨੇ ਦੇਸ਼ ਵਿਰੋਧੀ ਕੋਈ ਕੰਮ ਕੀਤਾ ਤੇ ਉਹ ਬੰਦਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਦੋਂ ਦਾ ਗਾਇਬ ਹੋ ਜਾਂਦਾ ਇਹ ਗੱਲ ਸੋਚ ਕੇ ਵੇਖੋ ਤੁਸੀਂ ਸਾਰੇ ਜਾਣੇ ਇਸ ਕਰਕੇ ਸੰਗਤ ਮਨਾਂ ਦੇ ਵਿੱਚ ਦੁਬਦਾਂ ਨਾਮ ਵਾਲੇ ਸੰਗਤ ਏ ਨਾ ਸੋਚੇ ਕਿ ਜੀ ਇਹ ਬਹੁਤ ਮਾੜਾ ਹੋਇਆ ਜੀ ਐ ਹੋ ਗਿਆ ਜੀ ਇਹ ਸਰਕਾਰ ਐ ਕਰ ਰਹੀ ਕੋਈ ਗੱਲ ਨਹੀਂ ਜੋ ਕੁਝ ਹੋ ਰਿਹਾ ਸਭ ਕੁਝ ਸਾਹਮਣੇ ਹੈ ਸਭ ਕੁਝ ਸਾਫ ਹੋ ਜੂ ਕਿਉਂਕਿ ਕੋਡ ਦਾ ਪ੍ਰਚਾਰ ਬਹੁਤੀ ਦੇਰ ਨਹੀਂ ਰਿਹਾ ਕਰਦਾ ਅਮਰਿਤਪਾਲ ਦੀ ਸ਼ਾਪ ਜਿਹੇ ਜੀ ਮਰਜੀ ਇਹ ਬਣਾਈ ਜਾਣ ਸਮਾਂ ਰਹਿੰਦੇ ਸਾਰੀਆਂ ਚੀਜ਼ਾਂ ਸਾਫ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ